ਗੁਰਵੇਲ ਸਿੰਘ ਮੋਟੀਵੇਸ਼ਨਲ ਸ਼ੋਅ ਵਿੱਚ ਤੁਹਾਡਾ ਨਿੱਘਾ ਸਵਾਗਤ। ਦੋਸਤੋ, ਆਪਾਂ ਜਿਸ ਦੁਨੀਆ ਵਿੱਚ ਰਹਿੰਦੇ ਹਾਂ, ਇਹ ਦੁਨੀਆ ਇੱਕ ਵਿਸ਼ਾਲ ਬਾਜ਼ਾਰ ਹੈ ਜਿੱਥੇ ਹਰ ਕੋਈ ਕੁਝ ਨਾ ਕੁਝ ਜਾਂ ਤਾਂ ਖਰੀਦ ਰਿਹਾ ਹੈ ਅਤੇ ਜਾਂ ਵੇਚ ਰਿਹਾ ਹੈ। ਵੇਚਣ ਵਾਲੇ ਦੀ ਇੱਕ ਇੱਛਾ ਹੁੰਦੀ ਹੈ ਕਿ ਮੈਂ ਵੱਧ ਤੋਂ ਵੱਧ ਮਾਲ ਮਹਿੰਗੇ ਤੋਂ ਮਹਿੰਗੇ ਮੁੱਲ 'ਤੇ ਵੇਚਾਂ। ਅਤੇ ਖਰੀਦਣ ਸਮੇਂ ਗ੍ਰਾਹਕ ਉਸ ਚੀਜ਼ ਨੂੰ ਮਜਬੂਰੀ, ਲੋੜ ਜਾਂ ਸ਼ੌਂਕ ਵਾਸਤੇ ਹੀ ਖਰੀਦ ਰਿਹਾ ਹੁੰਦਾ ਹੈ। ਪਹਿਲਾਂ ਭੋਲੇ ਭਾਲੇ ਛੋਟੇ ਛੋਟੇ ਦੁਕਾਨਦਾਰ ਹੁੰਦੇ ਸਨ, ਉਹਨਾਂ ਤੋਂ ਅਸੀਂ ਜੋ ਚੀਜ਼ ਮੰਗਦੇ ਸਾਂ ਉਹ ਸਿਰਫ ਉਹੋ ਹੀ ਚੀਜ਼ ਲਿਆ ਕੇ ਸਾਨੂੰ ਥੋੜ੍ਹਾ ਬਹੁਤਾ ਮੁਨਾਫਾ ਲੈ ਕੇ ਦੇ ਦਿੰਦੇ ਸਨ। ਪਰ ਅੱਜ ਮਾਲ ਵੇਚਣ ਦੀ ਜ਼ਿੰਮੇਵਾਰੀ ਵੱਡੀਆਂ ਵੱਡੀਆਂ ਵਿਦੇਸ਼ੀ ਕੰਪਨੀਆਂ ਕੋਲ ਹੈ, ਜਿਨ੍ਹਾਂ ਹਰ ਸ਼ਹਿਰ, ਮੁਹੱਲੇ ਅਤੇ ਕਸਬੇ ਵਿੱਚ ਆਪਣੇ ਵੱਡੇ ਵੱਡੇ ਮੌਲ ਖੋਲ੍ਹ ਰੱਖੇ ਹਨ, ਜਿੱਥੇ ਜਾਣਾ ਅਤੇ ਚੀਜ਼ਾਂ ਖਰੀਦਣੀਆਂ ਇੰਨਾ ਆਕਰਸ਼ਕ ਅਤੇ ਆਨੰਦਮਈ ਹੁੰਦਾ ਹੈ ਕਿ ਹਰ ਹਫ਼ਤੇ ਵਿੱਚ ਇੱਕ ਨਾ ਇੱਕ ਦਿਨ ਅਸੀਂ ਉਸ ਵੱਡੇ ਮੌਲ ਜਾਂ ਸ਼ੋਪਿੰਗ ਸੈਂਟਰ 'ਤੇ ਜਾਣਾ ਆਪਣੀ ਰੂਟੀਨ ਦਾ ਇੱਕ ਹਿੱਸਾ ਸਮਝਦੇ ਹਾਂ ਅਤੇ ਅਸੀਂ ਜਾਂਦੇ ਹਾਂ। ਫਿਰ ਇਹਨਾਂ ਸ਼ੋਪਿੰਗ ਮੌਲਾਂ ਵਿੱਚ ਅਸੀਂ ਇੱਕ ਜਾਣਾ ਜਾ ਕੇ ਘਰ ਦੀਆਂ ਜ਼ਰੂਰੀ ਚੀਜ਼ਾਂ ਨਹੀਂ ਖਰੀਦ ਕੇ ਲਿਆਉਂਦੇ, ਸਗੋਂ ਜਦੋਂ ਅਸੀਂ ਇਸ ਮੌਲ ਦੇ ਵਿੱਚ ਜਾਣਾ ਹੁੰਦਾ ਹੈ, ਬੱਚੇ, ਬਜ਼ੁਰਗ ਅਤੇ ਜਵਾਨ ਸਾਰੇ ਹੀ ਮਿਲ ਕੇ ਕਾਰ ਵਿੱਚ ਬੈਠ ਕੇ ਇਸ ਤਰ੍ਹਾਂ ਜਾਂਦੇ ਹਾਂ ਜਿਵੇਂ ਅਸੀਂ ਮੇਲਾ ਵੇਖਣ ਜਾ ਰਹੇ ਹੋਈਏ। ਮਲਟੀਨੈਸ਼ਨਲ ਮਾਰਕੀਟਿੰਗ ਕੰਪਨੀਆਂ ਦੇ ਮਾਲਕ ਬਹੁਤ ਸਿਆਣੇ ਅਤੇ ਪੜ੍ਹੇ ਲਿਖੇ ਚਲਾਕ ਲੋਕ ਹੁੰਦੇ ਆ। ਉਹਨਾਂ ਨੇ ਅਰਬਾਂ ਰੁਪਏ ਲਗਾ ਕੇ ਖੜੀਆਂ ਕੀਤੀਆਂ ਇਹਨਾਂ ਕੰਪਨੀਆਂ ਨੂੰ ਹੋਰ ਅਮੀਰ ਅਤੇ ਵਿਸ਼ਾਲ ਬਣਾਉਣਾ ਹੁੰਦਾ ਹੈ। ਉਹ ਗ੍ਰਾਹਕਾਂ ਦੀ ਮਾਨਸਿਕਤਾ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਦੂਜੇ ਸ਼ਬਦਾਂ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਨੇ ਤੁਹਾਡੀਆਂ ਜੇਬਾਂ ਵਿੱਚੋਂ ਪੈਸੇ ਕਢਵਾਉਣ ਦੇ ਸਾਰੇ ਸਮਾਰਟ ਤਰੀਕੇ ਖੋਜ ਰੱਖੇ ਹਨ। ਇਸ ਲਈ ਜੇਕਰ ਤੁਸੀਂ ਸਮਾਰਟ ਨਹੀਂ ਬਣੋਗੇ ਤਾਂ ਤੁਹਾਡੀ ਤਨਖਾਹ ਸਿਰਫ ਉਹਨਾਂ ਕੰਪਨੀਆਂ ਜੋਗੀ ਹੀ ਹੋਵੇਗੀ। ਫਿਰ ਚਾਹੇ ਤੁਸੀਂ ਜਿੰਨਾ ਮਰਜ਼ੀ ਕਮਾ ਲਵੋ, ਉਹ ਕੰਪਨੀਆਂ ਤੁਹਾਡੇ ਕੋਲੋਂ ਕਿਸੇ ਨਾ ਕਿਸੇ ਬਹਾਨੇ ਉਹ ਪੈਸਾ ਕਢਵਾ ਹੀ ਲੈਣਗੀਆਂ ਅਤੇ ਤੁਹਾਡੇ ਕੋਲ ਕੁਝ ਵੀ ਨਹੀਂ ਬਚੇਗਾ। ਅਤੇ ਇਹਦੇ ਵਿੱਚ ਕਸੂਰ ਉਹਨਾਂ ਕੰਪਨੀਆਂ ਦਾ ਨਹੀਂ, ਸਗੋਂ ਸਾਡਾ ਹੀ ਮੰਨਿਆ ਜਾਵੇਗਾ, ਕਿਉਂਕਿ ਅਸੀਂ ਸਮਾਰਟ ਸ਼ੋਪਿੰਗ ਸਿੱਖੀ ਹੀ ਨਹੀਂ ਹੁੰਦੀ। ਅਤੇ ਦੋਸਤੋ, ਭੋਲੀਆਂ ਅਤੇ ਛੋਟੀਆਂ ਮੱਛੀਆਂ ਨੂੰ ਹਮੇਸ਼ਾ ਵੱਡੀਆਂ ਅਤੇ ਚਲਾਕ ਮੱਛੀਆਂ ਖਾ ਹੀ ਜਾਂਦੀਆਂ ਨੇ। ਇਹ ਕਹਾਵਤ ਤਾਂ ਤੁਸੀਂ ਸੁਣੀ ਹੀ ਹੋਈ ਹੈ ਅਤੇ ਮੈਂ ਇਹ ਕਹਿ ਦੇਵਾਂ ਕਿ ਜੋ ਇਹ ਵੱਡੀਆਂ ਵੱਡੀਆਂ ਮਲਟੀਨੈਸ਼ਨਲ ਕੰਪਨੀਆਂ ਵਾਲੇ ਲੋਕ ਹੁੰਦੇ ਆ, ਇਹ ਮੱਛੀਆਂ ਨਹੀਂ, ਇਹ ਤਾਂ ਮਗਰਮੱਛ ਹੁੰਦੇ ਆ। ਇਹਨਾਂ ਤੋਂ ਤੁਸੀਂ ਬਚਣਾ ਕਿਵੇਂ ਹੈ, ਇਹ ਤਰੀਕੇ ਕੁਝ ਕੁ ਮੈਂ ਤੁਹਾਨੂੰ ਦੱਸਣੇ ਆ। ਪਰ ਉਸ ਤੋਂ ਪਹਿਲਾਂ ਮੇਰੀ ਗੁਜ਼ਾਰਿਸ਼ ਹੈ ਕਿ ਤੁਸੀਂ ਜੇਕਰ ਯੂਟਿਊਬ 'ਤੇ ਸਾਡੇ ਇਸ ਚੈਨਲ ਨੂੰ ਦੇਖ ਰਹੇ ਹੋ ਤਾਂ ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੀ, ਅਤੇ ਪੂਰੀ ਵੀਡੀਓ ਜ਼ਰੂਰ ਦੇਖਣਾ। ਅਤੇ ਆਓ ਦੋਸਤੋ, ਗੱਲ ਕਰਦੇ ਹਾਂ ਅੱਗੇ। ਦੋਸਤੋ, ਗ੍ਰਾਹਕ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਹੁੰਦੀ ਹੈ ਕਿ ਅਸੀਂ ਸਿਰਫ 20% ਸਮਾਰਟ ਸ਼ੋਪਿੰਗ ਕਰਦੇ ਹਾਂ, ਜੋ ਸਾਡੀ 80% ਸ਼ੋਪਿੰਗ ਹੁੰਦੀ ਹੈ ਉਹ ਇਮੋਸ਼ਨਲ ਹੁੰਦੀ ਹੈ। ਮਤਲਬ ਅਸੀਂ 20% ਪੈਸਾ ਆਪਣੀ ਜ਼ਰੂਰਤ ਦੀਆਂ ਚੀਜ਼ਾਂ 'ਤੇ ਖਰਚਦੇ ਹਾਂ ਅਤੇ ਸਾਡਾ 80% ਪੈਸਾ ਸਾਡੇ ਸ਼ੌਂਕ ਵੱਸ ਇਮੋਸ਼ਨਲ ਹੋ ਕੇ ਖਰੀਦੀਆਂ ਚੀਜ਼ਾਂ 'ਤੇ ਹੀ ਬਰਬਾਦ ਹੁੰਦਾ ਹੈ। ਜਿਵੇਂ ਮੇਰੇ ਪਾਸ ਪਹਿਲਾਂ ਇੱਕ ਮੋਬਾਈਲ ਫੋਨ ਹੈ, ਉਦਾਹਰਨ ਵਜੋਂ, ਉਹ ਠੀਕ ਅਤੇ ਬਹੁਤ ਵਧੀਆ ਕੰਮ ਵੀ ਕਰ ਰਿਹਾ ਹੈ ਅਤੇ ਮੇਰੀਆਂ ਸਾਰੀਆਂ ਜ਼ਰੂਰਤਾਂ ਵੀ ਪੂਰੀਆਂ ਕਰ ਰਿਹਾ ਹੈ। ਫਿਰ ਵੀ ਮੇਰਾ ਦੂਜੇ ਦੇ ਹੱਥ ਫੜੇ ਜਾਂ TV 'ਤੇ ਮਸ਼ਹੂਰੀ ਵੇਖ ਕੇ ਕਿਸੇ ਮਾਰਕੀਟ ਵਿੱਚ ਆਏ ਨਵੇਂ ਮੋਬਾਈਲ ਫੋਨ ਨੂੰ ਖਰੀਦਣ ਦਾ ਮਨ ਬਣ ਜਾਵੇਗਾ। ਅਤੇ ਇਹ ਵਿਚਾਰ ਇੱਕ ਵਾਰ ਮੇਰੇ ਮਨ ਵਿੱਚ ਆ ਗਿਆ, ਫਿਰ ਮੇਰੇ ਹੱਥ ਵਿਚਲਾ ਮੋਬਾਈਲ ਫੋਨ ਮੈਨੂੰ ਪੁਰਾਣਾ ਅਤੇ ਯੂਜਲੈਸ ਲੱਗਣ ਲੱਗੇਗਾ ਅਤੇ ਨਵਾਂ ਮੋਬਾਈਲ ਲੈਣ ਦੀ ਮੇਰੀ ਇੱਛਾ ਦਿਨੋਂ ਦਿਨ ਵੱਧਦੀ ਜਾਵੇਗੀ। ਅਤੇ ਉਹ ਮੋਬਾਈਲ ਹੈ ਜਿਹੜਾ, ਉਹ ਮੇਰੀ ਇਮੋਸ਼ਨਲ ਇੱਛਾ ਨੂੰ ਉਦੋਂ ਹੀ ਸ਼ਾਂਤ ਕਰੇਗਾ ਜਦ ਉਹ ਮੋਬਾਈਲ ਫੋਨ ਮੈਂ ਖਰੀਦ ਲਵਾਂਗਾ। ਮਾਰਕੀਟਿੰਗ ਕੰਪਨੀਆਂ ਸਾਡੀ ਇਸ ਕਮਜ਼ੋਰੀ ਨੂੰ ਚੰਗੀ ਤਰ੍ਹਾਂ ਸਮਝਦੀਆਂ ਹਨ, ਇਸੇ ਕਰਕੇ ਹੀ ਉਹ ਨਵੇਂ ਤੋਂ ਨਵੇਂ ਪ੍ਰੋਡਕਟਸ ਨੂੰ ਮਾਲ ਸੈਂਟਰਾਂ ਵਿੱਚ ਗ੍ਰਾਹਕਾਂ ਦੀ ਨਜ਼ਰ ਦੇ ਸਾਹਮਣੇ ਸਜਾਉਂਦੀਆਂ ਨੇ ਅਤੇ ਪੁਰਾਣੇ ਪ੍ਰੋਡਕਟਸ ਨੂੰ ਸਟਾਕ ਆਊਟ ਕਰ ਦਿੰਦੀਆਂ ਨੇ। ਜਦੋਂ ਅਸੀਂ 4 ਜਾਂ 5 ਘਰ ਦੇ ਜੀ ਮਿਲ ਕੇ ਸ਼ੋਪਿੰਗ ਕਰਨ ਜਾਂਦੇ ਹਾਂ ਅਤੇ ਉੱਥੇ ਪਈਆਂ ਚੀਜ਼ਾਂ ਨੂੰ ਵੇਖ ਕੇ ਹਰ ਕਿਸੇ ਦਾ ਮਨ ਲਲਚਾਉਂਦਾ ਹੈ ਅਤੇ ਹਰ ਕੋਈ ਆਪਣੇ ਆਪਣੇ ਪਸੰਦ ਦੀ ਚੀਜ਼ ਉਠਾ ਕੇ ਸੇਲ ਬਾਸਕਟ ਵਿੱਚ ਪਾ ਲੈਂਦਾ ਹੈ। ਪੇਮੈਂਟ ਵੀ ਅਸੀਂ ਡੈਬਿਟ ਜਾਂ ਕ੍ਰੈਡਿਟ ਕਾਰਡ ਤੋਂ ਕਰਨੀ ਹੁੰਦੀ ਹੈ, ਇਸ ਕਰਕੇ ਜੇਬ ਵਿੱਚ ਕੈਸ਼ ਘੱਟ ਦਾ ਕਾਰਨ ਵੀ ਸਾਡੀ ਜਿਹੜੀ ਹੈ ਉਹ ਐਕਸਾਈਟਮੈਂਟ ਨੂੰ ਘੱਟ ਨਹੀਂ ਹੋਣ ਦਿੰਦਾ। ਆਮਦਨ 98
खर्च रुपया वाली कहानी साढ़े नाल बड़े आराम नाल घट जाती है। इसलिए दोस्तों मेरी सलाह तो यो ही है कि घर तो तुरन लग्या समान की लिस्ट बना के ही तुरो तो सिर्फ उहो ही चीज़ा खरीदो जो तुसी घरों लिस्ट विच लिखिया है। दूजा कोई भी चीज़ खरीदन तो पहला तो लिस्ट विच लिखन तो पहला उसकी जरूरत ते कीमत ते उसका बदल जरूर देख लवो। तीजा हर एक इंसान नू सब तो पहला घटो घट 10 लाख रुपए का हैल्थ इंश्योरेंस ते घर दे मुखिए नू जिसकी जेब विचों घर चलता है उसनू 50 लाख का टर्म इंश्योरेंस जरूर करवा लेना चाहिए। ये कोई बहुत महंगे नहीं होंगे, बहुत सस्ते होंगे है, पर जिंदगी दे विच इन्हां दा फायदा बहुत ज़्यादा होंदा है। इन्हां तो इलावा हर महीने अपनी तनखाह विचों 20% जिहड़ा है उसनू अपने सेविंग लई अलग करके फिर ही बाकी दे खर्चे है जिहड़े वो करने चाहिए ने। ते जेकर असी इस तरीके दे नाल अपने खर्चे करांगे ते असी स्मार्ट शॉपिंग कर सकते हैं ते वो चीज़ां तो बच सकते हैं जिहड़ियां सिर्फ असी दूसरे नू विखाउण जां दूजे नू प्रभावित करन लई महंगियां तो महंगियां खरीदते हैं, फिर उन्हां दियां किश्तां देंदे आ साडी सारी जिंदगी लंघ जाती है। क्योंकि कदे ना भुल्लिओ जे एक लोन खरीदन लई एक करजा लैन लई 20 मिनट लगते हैं, पर 20 मिनटा च लिया करजा उतारन लई 20 साल का समा लग जाता है। तो करजा लेके 20 साल की उम्र वाला बंदा है जदों उन्नू किश्तां देनियां पैंदियां ते वह 40 साल का उस वक्त ही हो जाता है। इसलिए इन्हां चीज़ों का ध्यान रखियो। ये नाल ही फिर नवी वीडियो लैके तुहाडे रूबरू होवांगे। तद तक लई दो इजाजत अपने डिवाइन ते दिलदार हम सफ़र गुर